ਜੀ ਜਿਹੜਾ ਅੱਜ ਦਾ ਇਹ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਇਹ ਕਿਸ ਸੰਬੰਧ ਦੇ ਵਿੱਚ ਰੱਖਿਆ ਜੀ ਅੱਜ ਜੋ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਤਿੰਨ ਜਗ੍ਹਾ ਤੇ ਜੋ ਕਿ ਕੈਬਨਿਟ ਮੰਤਰੀ ਸਭ ਕਮੇਟੀ ਬਣੀ ਹੈਗੀ ਉਹਨਾਂ ਦੇ ਵਿਰੁੱਧ ਨੰਬਰ 1 ਬਠਿੰਡਾ ਪਟਿਆਲਾ ਤੇ ਕਾਦੀਆਂ ਤਿੰਨ ਜਗ੍ਹਾ ਤੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਜਿਸ ਦੇ ਵਿੱਚ ਅੱਜ ਅਸੀਂ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਬੈਠੇ ਹਾਂ ਔਰ ਠੇਕਾ ਮਲਾਜ ਸੰਘਰਸ਼ ਮੋਰਚੇ ਦੇ ਵੱਲੋਂ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿਉਂਕਿ 4.5 ਸਾਲ ਹੋ ਗਏ ਕੈਪਟਨ ਸਰਕਾਰ ਬਣੀ ਨੂੰ ਔਰ ਸਬ ਕਮੇਟੀ ਜਿਹੜੀ ਬਣੀ ਹੋਈ ਹੈ ਕੱਚੇ ਮੁਲਾਜ਼ਮਾਂ ਦੀ ਅੱਜ ਤੱਕ ਉਹਨਾਂ ਨੇ ਕੱਚੇ ਮੁਲਾਜ਼ਮਾਂ ਬਾਰੇ ਕੁਝ ਵੀ ਸੋਚਿਆ ਨਹੀਂਗਾ ਔਰ ਅਸੀਂ ਇੱਥੇ ਦਫ਼ਤਰ ਅੱਗੇ ਬੈਠ ਕੇ ਇਹ ਠੇਕਾ ਮਲਾਜ ਸੰਘਰਸ਼ ਮੋਰਚੇ ਵੱਲੋਂ ਅੱਜ ਸੰਘਰਸ਼ ਕਰ ਰਹੇ ਹਾਂ ਔਰ ਲਗਾਤਾਰ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਜਦ ਤੱਕ ਕੈਪਟਨ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੀ ਕਿਉਂਕਿ ਜਦੋਂ ਸਰਕਾਰ ਬਣੀ ਸੀ ਉਸ ਟਾਈਮ 'ਤੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ ਪਰ ਅੱਜ ਉਹ ਸਰਕਾਰ ਵਾਅਦਿਆਂ ਤੋਂ ਭੱਜੀ ਹੈ ਅਸੀਂ ਉਹ ਵਾਅਦੇ ਯਾਦ ਕਰਾਉਣ ਲੱਗੇ ਹਾਂ ਔਰ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਕੰਮ ਆ ਜਿਹੜੇ ਤੁਸੀਂ ਕਹਿੰਦੇ ਸੀ ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਇੱਕ ਜਿਹੜੀ ਅਖਬਾਰ ਦੇ ਵਿੱਚ ਖਬਰ ਆ ਰਹੀ ਹੈ ਵੀ 18,500 ਰੁਪਇਆ ਜਿਹੜੇ ਮੁਲਾਜ਼ਮਾਂ ਨੂੰ ਦੇਣ ਦੀ ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 18,500 ਰੁਪਇਆ ਜਿਹੜਾ ਇਹਨਾਂ ਨੇ ਅੱਜ ਐਕਟ ਲੈ ਕੇ ਆਉਂਦਾ ਇਹ ਸਿਰਫ ਜਿਹੜੇ ਠੇਕਾ ਮੁਲਾਜ਼ਮ ਕਾਮੇ ਉੱਠੇ ਆ ਇੱਕ ਸੋਸ਼ਲ ਛੱਡਿਆ ਹੈਗਾ ਤਾਂ ਕਿ ਜੋ ਜਿਹੜੇ ਸੰਘਰਸ਼ੀ ਲੋਕ ਹੈ ਜੋ ਇਹਨਾਂ ਦੇ ਨਾਲ ਮੁਲਾਜ਼ਮ ਹੈ ਕੱਚੇ ਮੁਲਾਜ਼ਮ ਹੈ ਉਹ ਨਾਲ ਜੁੜ ਨਾ ਸਕਣ ਕਿ ਉਹਨਾਂ ਨੂੰ ਇਹ ਲੱਗੇ ਕਿ ਜਿਹੜਾ 18,000 ਰੁਪਇਆ ਉਹਨਾਂ ਦੀ ਤਨਖਾਹ ਕਰਤੀ ਜੇ ਅਸੀਂ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਕਿ ਨੌਕਰੀਆਂ ਦੇਵਾਂਗੇ ਉਹ ਨਹੀਂ ਪੂਰੇ ਕੀਤੇ ਪਰ ਅੱਜ ਅਸੀਂ ਇਹਨਾਂ ਗੱਲਾਂ ਦੇ ਨਾਲ ਘਰਾਂ ਦੇ ਵਿੱਚ ਬੈਠਣ ਵਾਲੇ ਨਹੀਂ ਜਦੋਂ ਸਰਕਾਰ ਕੋਈ ਕੁਛ ਲੈ ਕੇ ਆਊਗੀ ਜਾਂ ਸਾਨੂੰ ਦੇਊਗੀ ਉਦੋਂ ਅਸੀਂ ਟਿਕ ਕੇ ਜਿਹੜਾ ਬੈਠਾਂਗੇ ਨਹੀਂ ਉਹਨਾਂ ਟਾਈਮ ਸਾਡਾ ਸੰਘਰਸ਼ ਜਿਹੜਾ ਇੱਦਾਂ ਹੀ ਜਾਰੀ ਰਹੂਗਾ ਬਾਈ ਜੀ ਇੱਕ ਗੱਲ ਇਹ ਹੈ ਵੀ ਜਿਹੜਾ ਲੇਬਰ ਕਾਨੂੰਨ ਦੇ ਵਿੱਚ ਕਹਿੰਦੇ ਵੀ ਬਲਾਕ ਕਰ ਦਿੱਤਾ ਗਿਆ ਉਹ ਕੀ ਸੋਧਾਂ ਕੀਤੀਆਂ ਗਈਆਂ ਉਹ ਜਿਹੜੇ ਲੇਬਰ ਹੈਗੀ ਉਹਦੇ ਹੱਕ 'ਚ ਹੈ ਜਾਂ ਵਿਰੋਧ 'ਚ ਹੈਗੀ ਜੀ ਇਹ ਜਿਹੜੇ ਕਿਰਤ ਕਾਨੂੰਨ ਆ ਇਹ ਪੂਰੀ ਤਰ੍ਹਾਂ ਮਜ਼ਦੂਰਾਂ ਦੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਲਈ ਖਤਰੇ ਦੀ ਘੰਟੀ ਹੈ ਜਿਹੜੇ ਇਹ ਪਹਿਲਾਂ 45-44 ਕਾਨੂੰਨ ਹੁੰਦੇ ਸੀ ਲੋਕ ਪੱਖੀ ਮਜ਼ਦੂਰ ਪੱਖੀ ਪਰ ਅੱਜ ਇਹ ਬਦਲ ਕੇ 4 ਕਰੋੜ ਬਣਾ ਦਿੱਤੇ ਜਾਣੀ 4 ਕਾਨੂੰਨ ਬਣਾ ਦਿੱਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਾਣੀ 12 ਘੰਟੇ ਦੀ ਡਿਊਟੀ ਜਿਹੜੀ ਨਿਸ਼ਚਿਤ ਕੀਤੀ ਗਈ ਹੈ ਵੀ ਇੱਥੇ 12 ਘੰਟੇ ਡਿਊਟੀ ਕਰਾਉਣੀ ਆ ਮਜ਼ਦੂਰ ਜਿਹੜੇ ਕੱਚੇ ਕੰਮ ਹੈ ਚਾਹੇ ਮਜ਼ਦੂਰ ਅਤੇ ਨਾਲ ਹੀ ਉਹਨਾਂ ਦੀ ਜਿਹੜੀ ਦਿਹਾੜੀ ਹੈਗੀ ਜਿਵੇਂ ਹੁਣ ਅੱਜ 350 ਰੁਪਏ ਦਿਹਾੜੀ ਦਿੱਤੀ ਹੋਈ ਆ ਮਿਨੀਮਮ ਵੇਜ ਜਿਹੜਾ ਘੱਟੋ ਘੱਟ ਉਹ 350 ਰੁਪਏ ਹੈ ਅਤੇ ਨਾਲ ਉਹਨਾਂ ਨੇ ਜਿਹੜੀ 178 ਰੁਪਏ ਦਿਹਾੜੀ ਲੈਂਦੀ ਹੈ ਇਸ ਕਾਨੂੰਨਾਂ ਦੇ ਸਿੱਟੇ ਉਹਦੇ ਨਾਲ ਸਾਡੀ ਹੋਰ ਆ ਜਿਹੜੀ ਗਰੀਬੀ ਰੇਖਾ ਥੱਲੇ ਲੋਕਾਂ ਨੇ ਜਾਣਾ ਗਰੀਬਾਂ ਗਰੀਬੀ ਵਧਣੀ ਹੈਗੀ ਸੋ ਇਸ ਕਰਕੇ ਇਹ ਵੱਡੇ ਜਿਹੜੇ ਕਾਰਪੋਰੇਟ ਪੱਖੀ ਕਾਨੂੰਨ ਆ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਜਾਣੀ ਵੱਡੇ ਮੁਨਾਫੇ ਦੇਣੇ ਆ ਚਾਹੇ ਉਹ ਕਿਰਤ ਦੇ ਵਿੱਚੋਂ ਹੋਣ ਚਾਹੇ ਉਹ ਕਿਸਾਨਾਂ ਦੀ ਫਸਲ ਦੇ ਵਿੱਚੋਂ ਹੋਣ ਚਾਹੇ ਮੁਲਾਜ਼ਮਾਂ ਦੀ ਕੀਤੀ ਹੋਈ ਕਿਰਤ ਦੇ ਵਿੱਚੋਂ ਹੋਣ ਉਹਨਾਂ ਦੀ ਪੂਰੀ ਤਰ੍ਹਾਂ ਲੁੱਟ ਕਰਨ ਵਾਸਤੇ ਇਹ ਕਾਨੂੰਨ ਆ ਜਿਹੜੇ ਗਿਣੀ ਮਿਥੀ ਸਾਜ਼ਿਸ਼ ਨਾਲ ਲਿਆਉਂਦੇ ਆ ਜਿੱਥੇ ਖੇਤੀ ਕਾਨੂੰਨ ਹੈਗੇ ਉੱਥੇ ਕਿਰਤ ਕਾਨੂੰਨ ਵੀ ਹੈਗੇ ਅਤੇ ਨਾਲ ਹੀ ਸਾਡਾ ਜਿਹੜਾ ਬਿਜਲੀ ਐਕਟ ਹੈਗਾ 2020 ਜਿਹੜਾ ਪੂਰੀ ਦੁਨੀਆ ਦੇ ਵਿੱਚ ਲਾਈਟ ਨੂੰ ਬਿਨਾਂ ਬੰਦਾ ਮਨੁੱਖ ਜਿਉ ਨਹੀਂ ਸਕਦਾ ਗਾ ਅੱਜ ਜਿੱਥੇ ਆਕਸੀਜਨ ਤੋਂ ਬਗੈਰ ਨਹੀਂ ਬੰਦਾ ਜਿਉ ਸਕਦਾ ਤਾਂ ਲਾਈਟ ਤੋਂ ਬਗੈਰ ਵੀ ਬੰਦਾ ਜਾਣੀ ਅਧੂਰਾ ਹੈਗਾ ਜਾਣੀ ਉਹਦੇ ਕੋਈ ਲਾਈਟ ਬਿਨਾਂ ਨਹੀਂ ਸਾਰ ਸਕਦਾ ਉੱਥੇ ਬਿਜਲੀ ਐਕਟ 2020 ਲਿਆ ਕੇ ਜਿਹੜੇ ਸਰਕਾਰੀ ਥਰਮਲ ਆ ਗਏ ਜਿਨ੍ਹਾਂ ਤੋਂ ਉਸ ਖੇਤੀ ਸਬਸਿਡੀ ਮਿਲਦੀ ਆ ਨਾਲ ਹੀ ਗਰੀਬਾਂ ਨੂੰ 400 ਯੂਨਿਟ ਜਿਹੜੀ ਮਾਫ਼ ਮਿਲਦੀ ਹੈਗੀ ਉਹ ਜਾਣੀ ਜਦ ਪੂਰੀ ਤਰ੍ਹਾਂ ਬੰਦ ਕਰਨੀ ਹੈਗੀ ਸਰਕਾਰਾਂ ਨੇ ਇਹ ਕਾਨੂੰਨ ਲਿਆ ਕੇ ਅਤੇ ਨਾਲ ਜਾਣੀ ਪੂਰੇ ਜਿਹੜੇ ਥਰਮਲ ਆ ਸਰਕਾਰੀ ਜਿੱਥੇ ਵੀ ਆ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੇ ਕਰਨੇ ਹੈਗੇ ਉਹ ਜਿਵੇਂ ਵਧਾਤਾ ਕੰਪਨੀ ਨਿੱਜੀ ਹੱਥਾਂ ਦੇ ਵਿੱਚ ਚੱਲ ਰਿਹਾ ਹੈਗਾ ਉਹਨੂੰ ਜਾਣੀ ਕਪੈਸਿਟੀ ਚਾਰਜ ਦਿੱਤੇ ਜਾ ਰਹੇ ਨੇ ਇੱਥੇ ਦੀ ਬਾਦਲ ਸਰਕਾਰ ਨੇ 2003 ਐਕਟ ਜਿਹੜਾ ਬਣਾਇਆ ਸੀਗਾ ਉਹ 25 ਸਾਲਾਂ ਵਾਸਤੇ ਸਮਝੌਤਾ ਕੀਤਾ ਸੀ ਵੀ ਜਿੰਨੀ ਪਾਵਰ ਦੇ ਮੈਗਾਵਾਟ ਥਰਮਲ ਆ ਗਏ ਚਾਹੇ ਉਹ ਬਣਾਲੀ ਦਾ ਚਾਹੇ ਉਹ ਰਾਜਪੁਰੇ ਦਾ ਚਾਹੇ ਉਹ ਗੋਬਿੰਦਵਾਲ ਦਾ ਇਹਨਾਂ ਨੂੰ ਜਿਹੜੀ ਕਪੈਸਿਟੀ ਚਾਰਜ ਦੇਣਾਗਾ ਚਾਹੇ ਚੱਲਣ ਚਾਹੇ ਨਹੀਂ ਚੱਲਣ ਜਿੰਨੀ ਇਹਨਾਂ ਦੀ ਕਪੈਸਿਟੀ ਆ ਜਿਵੇਂ ਬਣਾਲੀ ਉਦਾਹਰਨ ਵਜੋਂ 1500 ਮੈਗਾਵਾਟ ਦੀ ਕਪੈਸਿਟੀ ਆ ਉਹਨੂੰ 1500 ਮੈਗਾਵਾਟ ਦੇ ਹਿਸਾਬ ਨਾਲ ਜਾਣੀ ਕਾ ਉਹਨੂੰ ਪੈਸੇ ਦੇਣੇ ਆ ਇਸ ਕਰਕੇ ਜਿਹੜੇ ਸਰਕਾਰੀ ਥਰਮਲ ਆ ਗਏ ਇਹ ਬਹੁਤ ਘੱਟ ਖਰਚੇ 'ਤੇ ਵੱਧ ਪੈਦਾਵਾਰ ਕਰਦੇ ਰਹੇ ਨੇ
जिथे इस धरती के उत्ते खड़े हाँ साढ़े इधरले पासे बठिंडा थरमला गा जिहड़ा 2007 दे विच बादल सरकार ने 7.5 अरब रुपया साढ़े खजाने चो ला के कंपनियों नूं फायदा पहुँचाया उही थरमल प्लांट अज 168 करोड़ दे विच नीलाम करता यानी किन्ने सालों दे विच किन्ना पैसा बर्बाद किया गया आई जानी 78 हज़ार करोड़ रुपया जिहड़ा वह कारपेट घराने थरमल आ जिहड़े 3 निजी थरमल आ गए उन्हां नूं देना गा सरकार ने वह चाहे चलन चाहे ना चलन ये जानी एड्डी वड्डी लोकां नाल लुट लोकां नाल धोखा लोकां नाल धरो लोकां दीआं वोटां दे सिर ते राजे बन के ते कानून ये सामराज पक्षी बन गए अज तो जो धरना मुजहरा है जे ये संबंध के जे कोई रिजल्ट नहीं आता तो अगला तो एक्शन की होगा जी अज जेकर सरकार सानू मतलब कि कोई रिजल्ट नहीं दिता तो आने वाले समय के जिमें 2016 के असी ठेका मुलाजम संघर्ष मोर्चे दई जथेबंदियां उदा ही ठेक अज भी सारिया जिहड़ियां जथेबंदियां ने जिमें कि मनरेगा होगी लेबर कोर्ट वाले हो गए थर्मल वाले हो गए जल सप्लाई के वलों हो गए और पनवास रोडवेज वाले हो गए ये सारिया जथेबंदियां ये ठेका मुलाजम संघर्ष मोर्चे के शामिल ने और आने वाले समय के फिर इन्ह ने वोटा लैन आना घर फिर असी उदों सवाल करांगे पिंडां दे विच जावांगे और लोगों नूं इह जागरूक करांगे जिवें 3 कानून ये जिहड़े किसानी ते थोपे आ अज साडे किसान दिल्ली दे विच बैठे आ पर उसे तरह साडे लोगों नूं असीं जागरूक करावांगे कि उन्हां कानूनां दे नाल नाल जिहड़े साडे आ जल सप्लाई हो गए और बिजली महकमा हो गया जिहड़ा कि लोगों नूं ज़्यादा जरूरत की लोड़ है ये निजीकरण कर रहे जल सप्लाई का भी और लोगों के जाके असीं दसांगे ते और ठेका मुलाजम संघर्ष मोर्चे की फिर जो सूबा कमेटी बैठूगी जो फैसला लूगी आने वाले दिनों के वो तिखे संघर्ष जिहड़े दिखे जाएंगे।